क्योंकि जो जिंदगी मेरे मौला के नाम करते हैं, जो जिंदगी मेरे मौला के नाम करते हैं, खुदा उन्हीं पे जहन्नम हराम करते हैं, खुदा उन्हीं पे जहन्नम। अली 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 बिस्मिल्लाह। जो जिंदगी मेरे मौला के नाम करते हैं, खुदा उन्हीं पे जहन्नम हराम करते हैं। अली का नारा लगाए जो उसकी अम्मा का, फरिश्ते झुक के अदब से सलाम करते हैं। ये अली के नाम की तासीर। हाँ जी, ये बख्तां वाले बंदे ने जेडे अली के नौकर ने। इमाम हुसैन अलैहि सलाम की कसम है, ये सारिया मावां का एहसान है कि इन्हें सारे हक च खयानत नहीं की। इतना या अली आके सानू खीर पिलाए, दूध पिलाए। हाँ जी, वो मावा चंगिया आदि ना, मावा ठंडिया छावा, वो ही ठंडिया छावन जड़िया अली दिया नौकरानिया आदि ना। मां के पैर थले जन्नत है, उस मां के पैर थले जन्नत है जड़ी खातून जन्नत की हकदार। हर मां के पैर थले जन्नत नहीं होती। तो मैं जनाब ने कसीदा सुनावने, लेकिन चार सत्रह पहले, चूंकि सारे मातमे थे भाई जान, कि हर शख्स की दुनिया में हंसी आस है जन्नत, हर शख्स की दुनिया में हंसी आस है जन्नत, शब्बीर के नौकर को ही बस रास है जन्नत, शब्बीर के नौकर को ही बस रास है जन्नत। हम मातमे शब्बीर हैं इस वास्ते करते, खुददार के कदमों के बड़ी पास है जन्नत। तेरी विला के नूर की उल्फत के फैज ने, तेरी विला की नूर की उल्फत के फैज ने, मौला जो बारगाह में आए उसे पाक कर दिया, जो बारगाह में आए उसे पाक कर दिया। मौला तेरे ही नाम के नारे की गूंज ने, मुनकर का दिल जला के उसे राख कर दिया। सजदा कराण वाला अली वाला अली, सारे आंखों ने कितना लुत्फ आंदे, काबे नु सजदा कराण वाला अली है सलाम। मतलब कोई तौजी तशरीह नहीं ते आज ना मैं इतना ज्यादा तुम तंग करने कि ज्यादा बोलो ना बोलो चुप करके बैठे हो। मेरी सिर से जरा असर होंगे ना, वो हो सिर्फ कसीदे पढ़ने असाय पढ़ने, बेशक बोलो ना बोलो हूं तो नहीं आया। मैं के काबिल सजदा कराने वाला
ਅਲੀ ਇਹ ਸ਼ੇਰ ਪੜਦਾ ਕਿਵੇਂ ਬਾਈ? ਐਨੀ ਸਾਰੀ ਮਿੱਟੀ ਲੈ ਕੇ ਪਾਣੀ ਚ ਡਬੋਗੇ, ਐਨੀ ਸਾਰੀ ਮਿੱਟੀ ਲੈ ਕੇ ਪਾਣੀ ਚ ਡਬੋਗੇ, ਅੱਲਾ ਵਾਲੇ ਹੱਥਾਂ ਨਾਲ ਚੰਗੀ ਤਰ੍ਹਾਂ ਗੋਗੇ, ਐਨੀ ਸਾਰੀ ਮਿੱਟੀ ਲੈ ਕੇ ਪਾਣੀ ਚ ਡਬੋਗੇ, ਅੱਲਾ ਵਾਲੇ ਹੱਥਾਂ ਨਾਲ ਚੰਗੀ ਤਰ੍ਹਾਂ ਗੋਗੇ, ਰੰਗ ਉਸ ਮਿੱਟੀ ਨੂੰ ਲਾਣ ਵਾਲਾ ਐਲੀ ਹੈ, ਰੰਗ ਉਸ ਮਿੱਟੀ ਨੂੰ ਲਾਣ ਵਾਲੀ ਐਲੀ ਹੈ, ਆਦਮ ਦਾ ਪੁਤਲਾ ਬਣਾਉਣ ਵਾਲਾ ਐਲੀ ਹੈ। ਤੁਹਾਡੀ ਜ਼ਿੰਦਗੀ ਦਰਾਜ਼ ਹੈ। ਅੱਛਾ ਜੀ, ਨੌਕਰ ਜੋ ਹੋਇਆ ਕਿਵੇਂ ਬਾਈ? ਐਨੀ ਸਾਰੀ ਮਿੱਟੀ ਲੈ ਕੇ ਭਾਈ ਜਾਨ ਕਹੇ ਕੌਣ ਇਨ ਸਰੇ ਸ਼ਾਮ ਸੋਨੇ ਵਾਲੋ ਸੇ ਸ਼ਬੋਂ ਕਾ ਲੁਤਫ ਕਭੀ ਜਾ ਕਰ ਵੀ ਆਤਾ ਹੈ। ਐਨੀ ਸਾਰੀ ਮਿੱਟੀ ਲੈ ਕੇ ਪਾਣੀ ਚ ਡਬੋਗੇ, ਐਨੀ ਸਾਰੀ ਮਿੱਟੀ ਲੈ ਕੇ ਪਾਣੀ ਚ ਡਬੋਗੇ, ਅੱਲਾ ਵਾਲੇ ਹੱਥਾਂ ਨਾਲ ਚੰਗੀ ਤਰ੍ਹਾਂ ਗੋਗੇ, ਰੰਗ ਉਸ ਮਿੱਟੀ ਨੂੰ ਲਾਣ ਵਾਲਾ ਐਲੀ ਹੈ, ਰੰਗ ਉਸ ਮਿੱਟੀ ਨੂੰ ਲਾਣ ਵਾਲਾ ਐਲੀ ਹੈ, ਆਦਮ ਦਾ ਪੁਤਲਾ ਬਣਾਉਣ ਵਾਲਾ ਐਲੀ ਹੈ। ਸਲਾਮਤ ਰਹੋ, ਅੱਲਾ ਤੁਹਾਡੀ ਜ਼ਿੰਦਗੀ ਦਰਾਜ਼ ਕਰੇ, ਮੌਲਾ ਤੁਹਾਨੂੰ ਵਸਤਾ ਰੱਖੇ। ਹੋਰ ਸ਼ੇਰ ਜਨਾਬ ਤੱਕ ਭੇਜਣਾ ਕਿਵੇਂ ਬਾਈ? ਅੱਜ ਵੀ ਨਾ ਮੰਨੇ ਜਿਹੜਾ ਉਹਦੀ ਕੀ ਦਵਾ ਹੈ, ਅੱਜ ਵੀ ਨਾ ਮੰਨੇ ਜਿਹੜਾ ਉਹਦੀ ਕੀ ਦਵਾ ਹੈ, ਮਿੰਬਰ ਸਲੂਨੀ ਵਾਲਾ ਅੱਜ ਵੀ ਗਵਾ ਹੈ, ਅੱਜ ਵੀ ਨਾ ਮੰਨੇ ਜਿਹੜਾ ਉਹਦੀ ਕੀ ਦਵਾ ਹੈ, ਮਿੰਬਰ ਸਲੂਨੀ ਵਾਲਾ ਅੱਜ ਵੀ ਗਵਾ ਹੈ, ਅਸਮਾਨੀ ਰਸਤੇ ਵਿਖਾਣ ਵਾਲਾ ਐਲੀ ਹੈ, ਅਸਮਾਨੀ ਰਸਤੇ ਵਿਖਾਣ ਵਾਲਾ ਐਲੀ ਹੈ, ਬੰਦਿਆਂ ਨੂੰ ਚੰਨ ਤੇ ਪਹੁੰਚਾਉਣ ਵਾਲਾ ਐਲੀ ਹੈ। ਸਲਾਮਤ ਰਹੋ, ਬੰਦਿਆਂ ਨੂੰ ਚੰਨ ਤੇ ਪਹੁੰਚਾਉਣ ਵਾਲਾ ਅਲੀ ਹੈ, ਬੰਦਿਆਂ ਨੂੰ ਚੰਨ ਤੇ ਪਹੁੰਚਾਉਣ ਵਾਲਾ। ਸ਼ੇਰ ਇਨਸਾਨ ਕਰਿਆ ਕਿਵੇਂ ਬਾਈ? ਅੱਲਾ ਦੇ ਜਲਾਲ ਵਾਲਾ ਗੁੱਸੇ ਵਿੱਚ ਆ ਕੇ, ਅੱਲਾ ਦੇ ਜਲਾਲ ਵਾਲਾ ਗੁੱਸੇ ਵਿੱਚ ਆ ਕੇ, ਬੀਰ ਅਲਮ ਵਿੱਚ ਦਗ ਲਹਿਰਾ ਕੇ, ਹੱਕ ਦਾ ਡੰਗਾ ਵਜਾਣ ਵਾਲਾ ਐਲੀ ਹੈ, ਹੱਕ ਦਾ ਡੰਗਾ ਵਜਾਣ ਵਾਲਾ ਐਲੀ ਹੈ, ਜਿਨ੍ਹਾਂ ਨੂੰ ਕਲਮਾ ਪੜ੍ਹਾਉਣ ਵਾਲਾ ਐਲੀ ਹੈ। ਤੁਸਾਂ ਮੇਰੀ ਹਕੀਕਤ ਤੋਂ ਵੀ ਜ਼ਿਆਦਾ ਹੌਸਲਾ ਅਫਜ਼ਾਈ ਫਰਮਾਈਏ, ਇੱਕ ਕਸੀਦਾ ਹੋਰ ਪੜ੍ਹ ਲਵਾਂ, ਹੈ ਨਾ ਸਾਰੇ ਦੀ ਮਰਜ਼ੀ। ਜ਼ਾਤ ਵਾਜਿਬ ਨੇ ਵਾਦੀ ਜੰਨਤ ਇਤਨੀ ਖੂਬਸੂਰਤ ਬਣਾਈ, ਇਤਨੀ ਦਿਲਕਸ਼, ਇਤਨੀ ਪੁਰਕਸ਼ਿਸ਼, ਇਤਨੀ ਹਸੀਨ ਤਰੀਨ ਸਲਤਨਤ ਦਾ ਨਾਂ ਜੰਨਤ ਹੈ, ਜਿਸ ਨੂੰ ਹਾਸਲ ਕਰਨ ਦੇ ਵਾਸਤੇ ਆਜ਼ਾਦ ਕੋਸ਼ਿਸ਼ ਹੋਈ। ਹਰ ਇਨਸਾਨ ਦੀ ਮੇਨ ਖਵਾਹਿਸ਼ ਕਿਆ ਹੈ? ਜੰਨਤ, ਕਿ ਜੰਨਤ ਮਿਲ ਜਾਏ। ਗੌਰ ਕਰੇ, ਜੰਨਤ ਮਿਲ ਜਾਏ। ਆਕਾਏ ਅਲੀ ਖਾਨ ਨਾਈ ਉਹਨਾਂ ਤਹਿਰੀਰ ਫਰਮਾਇਆ ਕਿ ਜਿਹੜੇ ਵੇਲੇ ਮਾਤਮੀ ਅਜ਼ਾਦਾਰ ਜੰਨਤ ਚ ਵੈਸੀ ਨਾ, ਜੰਨਤ ਚ ਕਦਮ ਰੱਖ ਸੀ, ਮਸਲ ਇੱਕ ਕਦਮ, ਹਰ ਕਦਮ
ਕਦਮ ਜ਼ਮੀਨ ਤੇ ਆਸੀ, ਜ਼ਮੀਨ ਦੇ ਸੀਨੇ ਤੇ, ਉਹ ਕਦਮ ਵਾਲੀ ਜਾਪ ਸੀ ਯਾਰੀ ਯਾਰੀ ਯਾਰੀ। ਤੇ ਕਿਬਲਾ ਜ਼ੈਦੀ ਸਾਹਿਬ ਮਰਹੂਮ ਦੇ ਲਾਫ ਸਿੰਘ, ਜੰਨਤ ਜੰਨਤ ਕਿਹਾ ਹੈ, ਇਹ ਮੌਲਾ ਅਲੀ ਦੇ ਮਲੰਗਾਂ ਦੇ ਕੁਆਟਰਾਂ ਦਾ ਨਾਮ ਹੈ। ਜੰਨਤ ਬਿਸਮਿਲ੍ਲਾ ਤੁਹਾਰ ਬਾਅਦ ਆਕਰ ਮੈਂ ਜ਼ਾਤ ਵਾਜਿਬ ਤੇ ਸਵਾਲ ਕੀਤਾ, ਅੱਲਾ ਜੀ ਇਹਦੀ ਸੋਹਣੀ ਜੰਨਤ, ਜੰਨਤ ਜਿਹਾ ਹੈ ਰਹੀਕ ਲਬਨ ਤਸਮੀਨ ਸਲਸਬੀ ਕੌਸਰ, ਜੰਨਤ ਦੀਆਂ ਨਹਿਰਾਂ ਦੇ ਨਾਮ ਹੈ, ਉਹਨਾਂ ਦਾ ਪਾਣੀ ਇਤਨਾ ਸਾਫ਼ ਸ਼ਫਾਫ ਹੈ ਕਿ ਤਲੇ ਹੀਰੇ ਜਵਾਹਰਾਤ ਨਜ਼ਰ ਆਉਂਦੇ। ਇਹ ਸਾਰੀਆਂ ਨਹਿਰਾਂ ਚ ਪਾਣੀ ਦੇ ਤਲੇ ਕਿਆ ਹੈ? ਰੇਤ ਪੱਥਰ, ਉਹਨਾਂ ਚ ਹੀਰੇ ਜਵਾਹਰਾਤ। ਇਤਨਾ ਅੱਛਾ ਪਾਣੀ ਹੈ ਕਿ ਜਿਹੜਾ ਇੱਕ ਵਾਰੀ ਪੀ ਲਵੇ ਪਿਆਸ ਨਾ ਲੱਗੇ। ਅੱਲਾ ਜੀ ਇਤਨੀ ਖੂਬਸੂਰਤ ਜੰਨਤ, ਉਸਨੂੰ ਹਾਸਲ ਕਰਨ ਦਾ ਮਿਆਰ ਕਿਆ ਹੈ? ਗੌਰ ਕਰੇ ਸੁਖ ਮਿਲਾ, ਕੋਈ ਨਾ ਕੋਈ ਬਾਤ ਮੇਰੀ ਬਾਤ ਚ ਜ਼ਰੂਰ ਮਿਲ ਸਕੇ। ਅੱਲਾ ਜੀ ਇਤਨੀ ਮਹਿੰਗੀ ਜੰਨਤ, ਉਸਨੂੰ ਹਾਸਲ ਕਰਨ ਦਾ ਮਿਆਰ ਕਿਆ ਹੈ? ਦੇਖੋ ਨਾ ਇਹ ਡਾਇਰੀ, ਇਸ ਨੂੰ ਚਾਹਣ ਦਾ ਮਿਆਰ ਹੈ ਹੱਥ ਦੀ ਤਾਕਤ। ਹੱਥ ਦੀ ਤਾਕਤ ਹੈ, ਇਸਨੂੰ ਮੈਂ ਉੱਠੇ ਸਾਂ, ਅਗਰ ਤਾਕਤ ਨਹੀਂ ਹੈ ਨਾ। ਜੰਨਤ ਹਾਸਲ ਕਰਨ ਦਾ ਮਿਆਰ ਕਿਆ ਹੈ? ਮਾਲਿਕ ਸੁਣੇ ਮੈਦਾਨ ਹਸ਼ਰ ਚ ਰੋਜ਼ੇ ਮਹਿਸ਼ਰ, ਬਹੁਤ ਗਰਮੀ ਸੀ, ਉਸ ਗਰਮੀ ਨੂੰ ਖਤਮ ਕਰਨ ਦਾ ਮਿਆਰ ਕਿਆ ਹੈ? ਦੋ ਸਵਾਲ ਕੀਤੇ, ਪਹਿਲੀ ਜੰਨਤ ਹਾਸਲ ਕਰਨ ਦਾ ਮਿਆਰ, ਗਰਮੀ ਖਤਮ ਕਰਨ ਦਾ ਮਿਆਰ। ਹਸ਼ਰ ਦੇ ਮੈਦਾਨ ਜ਼ਾਤ ਵਾਜਿਬ ਨੇ ਦੋ ਗੱਲਾਂ ਦਾ ਜਵਾਬ ਮੇਰੇ ਕਲਮ ਨੂੰ ਦਿੱਤਾ। ਪਹਿਲੀ ਸਤਰ ਜੰਨਤ ਹਾਸਲ ਕਰਨ ਦਾ ਮਿਆਰ, ਉਹ ਕਿਆ ਹੈ? ਬੰਦਾ ਖੁਸ਼ ਰੱਖੀਦਾ ਚਾਹੀਦਾ ਚਾਹੀਦਾ, 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 ਬੰਦਾ ਖੁਸ਼ ਰੱਖੀਦਾ ਚਾਹੀਦਾ। ਹਸ਼ਰ ਚ ਠੰਡੀ ਛਲਈ ਅਲਮ ਸਖੀਦਾ ਚਾਹੀਦਾ, ਸਾਰੇ ਯਾਦ ਆ ਕੋਈ ਇਬਾਦਤ ਹਰ ਬੰਦਾ ਆਖੇ ਆਬਾਦ ਰਹੋ, ਬੰਦਾ ਖੁਸ਼ ਅਕੀਦਾ ਚਾਹੀਦਾ ਹੈ, ਹਸ਼ਰ ਚ ਠੰਡੀ ਛਾਂ ਲਈ ਕਿਆ ਅਲਮ ਸਖੀਦਾ ਜੀ। ਤੂੰ ਫੇਰ ਦੱਸ ਦੇ ਕਿਹੜੀ ਗੱਲ ਪੜ੍ਹਦੇ ਲਾ ਕਿਵੇਂ ਬਾਈ? ਬੰਦਾ ਖੁਸ਼ ਅਕੀਦਾ ਚਾਹੀਦਾ ਚਾਹੀਦਾ, ਬੰਦਾ ਖੁਸ਼ ਅਕੀਦਾ ਚਾਹੀਦਾ, ਹਸ਼ਰ ਚ ਠੰਡੀ ਚਾਲਈ ਅਲਮ ਸਖੀਦਾ ਚਾਹੀਦਾ। ਬੋਲੋ ਸਾਰੇ ਨਾ ਬਾਬਾ, ਹੁਣ ਨਹੀਂ ਸਰ ਚਾਹੋ, ਜਿਹੜਾ ਬੇਸਾਖਤਾ ਅਲੀ ਅਲੀ ਕਰਨਾ ਚਾਹੁੰਦੇ, ਸ਼ੇਰ ਪੇਸ਼ ਕਰਨਾ ਚਾਹੁੰਦਾ, ਸਫੀਨ ਦਾ ਮੈਦਾਨ ਹੋਂਦੀ ਰਹੀ ਜਾਂਦੇ, ਖਤਮ ਹੋ ਗਈ, ਸ਼ਾਮ ਹੋ ਗਈ, 1000 ਮਾਰਨ ਮੌਲਾ ਅਲੀ, 999 999 2 9 ਜਨਾਬ ਮਾਲਕ ਅਸ਼ਤਰ ਤੇ ਤਲਵਾਰਾਂ ਕਿਸੇ ਰੱਖ ਦੀ ਅਲੀ ਮੌਲਾ ਦੀ ਜ਼ੁਲਫਕਾਰ, ਕਿਬਲਾ ਗੌਰ ਕਰੇ ਸਰ, ਨਾਲ ਜਨਾਬ ਮਾਲਿਕ ਦੀ ਤਲਵਾਰ, ਤੇ ਜਨਾਬ ਮਾਲਿਕ ਦੀ ਤਲਵਾਰ ਬੋਲ ਪਈ, ਜ਼ੁਲਫਕਾਰ ਯਾ ਅਲੀ ਮਦਦ, ਉਸ ਆਖਿਆ ਬਿਸਮਿਲ੍ਲਾ ਬਿਸਮਿਲ੍ਲਾ ਮੌਲਾ ਅਲੀ ਅਲੈਹਿਸਸਲਾਤੁ ਵਸਸਲਾਮ, ਮਦਦ ਕਿਆ ਹਾਲ ਹੈ? ਠੀਕ ਹੈ, ਬਹੁਤ ਖੁਸ਼ ਹੈ। ਉਸ ਆਖਿਆ ਖੁਸ਼ ਕਿਉਂ ਨਾ ਹੋਵਾਂ, ਤੇਰੇ ਤੋਂ ਇੱਕ ਹੀ ਖਤ ਮਾਰਿਆ। ਉਸ ਆਖਿਆ ਭਾਵੇਂ ਜ਼ਿਆਦਾ ਮਾਰ, ਛੋਟੀ ਹੈ ਛੋਟੀ ਹੈ, ਅੱਜ ਮੈਂ ਕਿਸੇ ਆਮ ਬੰਦੇ ਦੀ ਤਲਵਾਰ ਨਹੀਂ, ਆਖਿਰ ਮੈਂ ਵੀ ਮਾਲਕ ਦੀ ਤਲਵਾਰ, ਅਲੀ ਮੌਲਾ ਦੀ ਜ਼ੁਲਫਕਾਰ, ਆਵਾਜ਼ ਦੇ ਕੇ ਫਰਮਾਇਆ ਤੂੰ ਮਾਲਕ ਦੀ ਤਲਵਾਰ, ਮੈਂ ਤੇਰੇ ਮਾਲਕ ਦੇ ਮਾਲਕ ਦੀ ਤਲਵਾਰ। ਆਖਣ ਲੱਗੀ ਗੱਲ ਸੁਣ, ਤੇ ਜੇ ਤੂੰ ਮੇਰੇ ਮਾਲਕ ਦੇ ਹੱਥ ਚ ਹੋਵੇਂ, ਅਗਰ ਤੂੰ ਮੇਰੇ ਮਾਲਕ ਦੇ ਹੱਥ ਚ ਹੋਵੇਂ, ਕਿਆ ਫਰਕ ਹੈ? ਤੂੰ ਵੀ ਲੋਹੇ ਦੀ, ਮੈਂ ਵੀ ਲੋਹੇ ਦੀ,
ਜਿਹੜਾ ਕਿ ਕਿਆ ਫਰਕ ਹੈ, ਤੂੰ ਵੀ ਲੋਹੇ ਦੀ ਮੈਂ ਵੀ ਲੋਹੇ ਦੀ। ਉਸ ਵਕਤ ਮੌਲਾ ਅਲੀ ਦੀ ਜ਼ੁਲਫਕਾਰ ਦੇ ਬਾਰੀ ਤੇਜ਼ ਤੇ ਗਰਮ ਲਬ ਹੱਲੇ ਤੇ ਜ਼ੁਲਫਕਾਰ ਨੇ ਗੱਲ ਕਰੀ ਆਖੀ, ਮਾਲਕ ਦੇ ਖਾਲਕ ਦੇ ਹੱਥਾਂ ਦੀ ਬਣਾਈ ਹੈ। ਫਰਕ ਦੱਸ ਰਹੀ ਹੈ, ਫਰਕ ਦੱਸ ਰਹੀ ਹੈ, ਫਰਕ ਦਸਾ ਰਹੀ ਹੈ। ਆਹ ਵੀ ਅਗਰ ਤੂੰ ਮੇਰੇ ਮਾਲਕ ਦੇ ਹੱਥ ਚ ਹੋਵੇ, ਵੱਧ ਤਲਵਾਰ ਨੇ ਗੱਲ ਕਰੀ ਆਖੀ, ਮਾਲਕ ਦੇ ਖਾਲਕ ਦੇ ਹੱਥਾਂ ਦੀ ਬਣਾਈ ਹੈ, ਮਾਲਕ ਦੇ ਖਾਲਕ ਦੇ ਹੱਥਾਂ ਦੀ ਬਣਾਈ ਹੈ। ਬਣੀ ਹੈ ਤੂੰ ਅਰਥ ਮੈਂ ਤੇ ਆਇਸ਼ਾ ਤੂੰ ਆਈ ਹੈ, ਬਣੀ ਹੈ ਤੂੰ ਅਰਥ ਮੈਂ ਤੇ ਆਇਸ਼ਾ ਤੂੰ ਆਈ ਹੈ। ਜੱਲੀਏ ਖੂਨ ਦੀਆਂ ਨਦੀਆਂ ਬਹਾਣ ਲਈ, ਜੱਲੀਏ ਖੂਨ ਦੀਆਂ ਨਦੀਆਂ ਬਹਾਣ ਲਈ, ਮੈਨੂੰ ਵਿੱਚ ਜੰਗ ਦੇ ਚਲਾਉਣ ਲਈ ਹੱਥ ਵੀ ਅਲੀ ਦਾ ਚਾਹੀਦਾ। ਦੋਵੇਂ ਹੱਥ ਬੁਲੰਦ ਕਰਕੇ ਜਸ ਜਸ ਅਲੀ ਇਮਾਮ ਆਦਲ ਜੀ ਮੈਂ ਗੱਲ ਕਰੀ ਆ ਜੀ ਬਾਈ, ਮਾਲਕ ਦੇ ਖਾਲਕ ਦੇ ਹੱਥਾਂ ਦੀ ਬਣਾਈ ਹੈ, ਮਾਲਕ ਦੇ ਖਾਲਕ ਦੇ ਹੱਥਾਂ ਦੀ ਬਣਾਈ ਹੈ। ਬਣੀ ਹੈ ਤੂੰ ਹੱਥ ਮੈਂ ਤੇ ਅਰਸ਼ ਤੂੰ ਆਈ ਹੈ, ਬਣੀ ਹੈ ਤੂੰ ਹੱਥ ਮੈਂ ਤੇ ਅਰਸ਼ ਤੂੰ ਆਈ ਹੈ। ਜੱਲੀਏ ਖੂਨ ਦੀਆਂ ਨਦੀਆਂ ਬਹਾਣ ਲਈ, ਜੱਲੀਏ ਖੂਨ ਦੀਆਂ ਨਦੀਆਂ ਬਹਾਣ ਲਈ, ਮੈਨੂੰ ਵਿੱਚ ਜੰਗ ਦੇ ਚਲਾਉਣ ਲਈ ਹੱਥ ਵੀ ਅਲੀ ਦਾ ਚਾਹੀਦਾ। ਆਬਾਦ ਰਹੋ। ਇੱਕ ਸ਼ੇਰ ਹੋਰ ਪੜਾ ਚਾਹ, ਮਸਜਿਦ ਨਬਵੀ ਲਜਪਾਲ ਅਲੀ ਸੱਤ ਸਾਲ ਦਾ ਇਮਾਮ ਹਸਨ ਬਲਕਿ ਸੱਤ ਸਾਲ ਦਾ ਇਸਲਾਮ ਜਨਾਬ ਸਲਮਾਨ ਮਸਜਿਦ ਦੇ ਅੰਦਰ ਦਾਖਲ ਸਲਮਾਨ। ਲੇਕਿਨ ਅੱਜ ਅੰਦਾਜ਼ ਨਿਰਾਲਾ ਹੈ, ਨਏ ਤਰੀਕੇ ਨਾਲ ਪਿੱਛੇ ਜਨਾਬ ਅਬੂ ਜ਼ਰ, ਜਨਾਬ ਕੰਬਰ ਤੇ ਜਨਾਬ ਮਿਕਦਾਰ ਤੇ ਜਨਾਬ ਸਲਮਾਨ ਦੇ ਸਰਦ ਨਾ ਪੁਰਾਣੀ ਜੀ ਜੁੱਤੀ ਇਸ ਤਰ੍ਹਾਂ ਦਾਖਲ ਹੋਏ। ਸਾਰੇ ਸਾਹਮਣੇ ਵੇਖ ਕੇ ਹੱਸਣ ਲੱਗ ਪਿਆ, ਸਲਮਾਨ ਵਾਕਈ ਬੁੱਲਾ ਹੋ ਗਏ। ਉਸ ਆਖਿਆ ਕਿਉਂ ਬਾਈ, ਕੀ ਮੇਰਾ ਬੁਢਾਪਾ ਵੇਖ ਉਹਨਾਂ ਕਹੇ ਜੁੱਤੀ ਸਿਰ ਤੇ? ਉਸ ਆਖਿਆ ਦੁਆ ਕਰੋ ਸ਼ਾਲਾ ਸਰ ਤੇ ਰਹਿ ਜਾਵੇ। ਆਖਣ ਲੱਗਿਆ ਕਿਉਂ, ਜਿਹੜਾ ਕਹਿੰਦਾ ਕਿਉਂ ਹਸਨ ਇਮਾਮ ਉੱਠੇ, ਪੂਰੀ ਕਾਇਨਾਤ ਹਰਕਤ ਚਾਹੁੰਦੀ ਕਿਉਂਕਿ ਨਿਜ਼ਾਮ ਕਾਇਨਾਤ ਚਲਾਵਣ ਵਾਲਾ ਹਸਨ ਸਰਕਾਰ ਉੱਠੇ ਨਾ। ਸਰਕਾਰ ਆਖਿਆ ਸਾਹਿਬ ਤੁਸੀਂ ਨਹੀਂ ਜਾਣਦੇ ਜੁੱਤੀ ਕਿਸ ਅਜ਼ਮਤ ਦੀ ਮਾਲਕ, ਇਹਦੀ ਸ਼ਾਨ ਕਿਆ ਹੈ, ਇਹ ਕਹਿੰਦੀ ਹੈ ਕਿਸ ਸ਼ਾਨ ਦੀ ਮਾਲਕ ਹੈ? ਮੁਸਤਫਾ ਇਲਾ ਮੁਤਹਰਕ ਹੋਏ ਤੇ ਸਰਕਾਰ ਗੱਲ ਕਰੀ ਆ ਦੇ ਨਬੀ ਦੇ ਵਸੀ ਦੀ ਨਾਲ ਹੱਕ ਦੇ ਵਲੀ ਦੀ ਹੈ, ਨਬੀ ਦੇ ਵਸੀ ਦੀ ਨਾਲ ਹੱਕ ਦੇ ਵਲੀ ਦੀ ਹੈ, ਫੌਰੀ ਕੁਚਮ ਗਿਨ ਜੁੱਤੀ ਅਲੀ ਦੀ ਹੈ। ਹਰ ਜ਼ਬਾਨ ਯਾ ਅਲੀ ਆਖੇ, ਹਰ ਜ਼ਬਾਨ, ਹਰ ਜ਼ਬਾਨ ਇਬਾਦਤ ਕਰੇ। ਆਦਰੀ ਸਲਾਮਤ ਰਹੋ, ਆਬਾਦ ਰਹੋ। ਇਮਾਮ ਫਰਮਾਇਆ ਹੋਇਆ ਸਾਹਬੀਆਂ ਇਹ ਜੁੱਤੀ ਅਰਸ਼ਾਂ ਤੇ ਰਹਿੰਦੀ ਹੈ, ਆਦਮ ਵੱਧ ਕਮਾਲ ਤੇ ਜੁੱਤੀ ਰਹਿਣਾ। ਇਹ ਮਾਸੂਮ ਦੇ ਨਾਲ ਬਹਾਣ ਵਾਲੇ ਚਲਾਕ ਬੜੇ ਹੋ ਗਏ। ਆਖ ਲੈ ਕਮਾਲ ਦੇ ਬਾਅਦ ਜੁੱਤੀ ਦੇ ਜਿਹੜੀ ਅਰਸ਼ਾਂ ਤੇ ਰਹਿੰਦੀ, ਜਿਹੜਾ ਕਿ ਕਮਾਲ ਜੁੱਤੀ ਦਾ ਸਰਕਾਰ ਗੱਲ ਕਰੀ ਆ ਦੇ ਨਬੀ ਦੇ ਵਸੀ ਦੀ ਨਾਲ ਹੱਕ ਦੇ ਵਲੀ ਦੀ ਹੈ, ਨਬੀ ਦੇ ਵਸੀ ਦੀ ਨਾਲ ਹੱਕ ਦੇ ਵਲੀ ਦੀ ਹੈ, ਫੌਰੀ ਕੁਚਮ ਗਿਨ ਜੁੱਤੀ ਹੈ ਅਲੀ ਦੀ ਹੈ, ਫੌਰੀ ਕੁਚਮ ਗਿਨ ਜੁੱਤੀ ਹੈ ਅਲੀ ਦੀ ਹੈ। ਪੈਰਾਂ ਵਿੱਚ ਪਾ ਕੇ ਇੱਕੋ ਅਰਸ਼ਾਂ ਤੇ ਜਾਣ ਲਈ, ਪੈਰਾਂ ਵਿੱਚ ਪਾ ਕੇ ਇੱਕੋ ਅਰਸ਼ਾਂ ਤੇ ਜਾਣ ਲਈ, ਸੁਣੋ ਸਾਹਬੀਓ ਪੈਰ ਵੀ ਮੇਰੇ ਬਾਬਾ ਜੀ ਦਾ ਚਾਹੀਦਾ। ਪੜਦਾ ਕਸੀਦਾ ਲੋਗੋ ਹੱਕ ਦੇ ਵਲੀ ਦਾ, 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 ਹੱਕ ਦੇ ਵਲੀ ਦਾ ਲੋਗੋ ਮੌਲਾ ਅਲੀ ਦਾ, ਹੱਕ ਦੇ ਵਲੀ ਦਾ ਲੋਗੋ ਮੌਲਾ ਅਲੀ ਦਾ। ਰੱਬ ਦੇ ਕੁਰਾਨ ਵਿੱਚ ਵੇਖੀਏ ਸੋਹਣੇ ਨਬੀ ਲੈ ਇਹੋ ਦੱਸਿਆ, ਜੰਨਤ ਵਿੱਚ ਜਾਵਣ ਕੀਤੇ ਸਭ ਬੋਲੋ ਅਲੀ ਅਲੀ।
سلامت رہو یا جنت میں جاون کیتے سب بولو علی تو ستا حلالی ہونا تواری رگاں وچ تے ماں دے دودھ دی طرح علی دی محبت سرایت کیتا ہوئے نا امام حسین دی قسم پتھر رکھو پھٹ کے علی علی کرے جڑا شیر میں پیش کرنا چاہنا تے جڑا نہ بول سکے او پتھر تو وی پتھر رہ گئے انتہائی توجہ چاہنا جنت میں جاون کیتے سب بولو علی علی ملنگا دے پاکستان دا قائد اعظم جناب بہلول 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 دے مانی نا حاضر جواب یہ نام ستویں امام نے رکھے اپنا نام اس وہب انتہائی توجہ وہب بن امرو انتہائی توجہ جانا جنت میں جاون کیتے سب بولو علی علی فوج بنا لئی جنہ تے شرعی حد دی کوئی نہیں مٹھائی دے جائے آدھے آنکھو علی حق کے آدھے علی حق کے دلیر ہر فوجی اتنا ہے مار روٹی دے وے نکا جبال حقل مار کا دم مار روٹی بعد گھنسا پہلے آنکھ علی حق ہوا بھی علی حق کر رہی ہیں چیف آف آرمی سٹاف اگے پاک آرمی میرے پیچھے علی حق دے نعرے لگ رہے ہیں ہارون آ گیا اشارہ کیتا گھیرا بنا لیا بچے آ دن ہارون آ علی حق کے علی حق کے علی حق کے غصے جا کے دبا لو اے تو پاگل ہے اے غریب ہے پاگل والے تے چوپڑے جلا کے نا غریب ہے تے ٹر پے غصے جا گیا بپرے ہوئے شیر دی طرح علی دا نوکر تریا ہے انہیں سامنے آ کے آدھے کیا کہی میں غریب ہاں آدھے ہاں تو غریب ہے جنہا غربت دتا ہے نہ سنے ہیں اپنی فوج دے پاس بٹھا تے آواز دے کے گل کری آدھے ہیں میں تو کی جانر کم لے تے جل اے دے جے لکھا میری جتیاں دے تھلے